ਦੇਸ਼ ਦੀ ਸਿਆਸਤ ਦੇ ਵਿੱਚ ਇੱਕ ਹੋਰ ਵੱਡੇ ਉਲਟ ਫੇਰ ਦੀ ਸੰਭਾਵਨਾ ਹੈ। ਕਮਲਨਾਥ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਨੇ। ਬੇਟੇ ਨਕੁਲਨਾਥ ਦੇ ਨਾਲ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੇ। ਨਕੁਲਨਾਥ ਨੇ ਆਪਣੀ ਐਕਸ ਪ੍ਰੋਫਾਈਲ ਤੋਂ ਕਾਂਗਰਸ ਹਟਾ ਦਿੱਤਾ ਹੈ। ਨਕੁਲਨਾਥ ਨੇ ਐਕਸ ਪ੍ਰੋਫਾਈਲ 'ਤੇ ਸਿਰਫ ਲੋਕ ਸਭਾ ਸਾਂਸਦ ਲਿਖਿਆ। ਮੱਧ ਪ੍ਰਦੇਸ਼ ਦੇ ਛਿੰਦਵਾੜਾ ਤੋਂ ਸਾਂਸਦ ਨੇ ਨਕੁਲਨਾਥ। ਸੋ ਦੇਸ਼ ਦੀ ਸਿਆਸਤ ਦੇ ਵਿੱਚ ਇੱਕ ਹੋਰ ਵੱਡਾ ਉਲਟ ਫੇਰ ਜਿਹੜਾ ਕਿ ਹੋ ਸਕਦਾ, ਵੱਡੇ ਉਲਟ ਫੇਰ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਕਮਲਨਾਥ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਜਿਹੜੀਆਂ ਕਿ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਨੇ। ਬੇਟੇ ਨਕੁਲਨਾਥ ਦੇ ਨਾਲ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੇ। ਜੇ ਅਜਿਹਾ ਹੁੰਦਾ ਹੈ ਤਾਂ ਖਾਸ ਤੌਰ 'ਤੇ ਦੇਸ਼ ਦੀ ਸਿਆਸਤ ਦੇ ਵਿੱਚ, ਉਸ ਤੋਂ ਅਗਲੀ ਗੱਲ ਕਰੀਏ ਤਾਂ MP ਦੀ, ਮੱਧ ਪ੍ਰਦੇਸ਼ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਭੂਚਾਲ ਇਸ ਨੂੰ ਕਿਹਾ ਜਾ ਸਕਦਾ ਜੇਕਰ ਅਜਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਹੁੰਦਾ ਹੈ। ਫਿਲਹਾਲ ਅਜਿਹੀਆਂ ਚਰਚਾਵਾਂ ਜਿਹੜੀਆਂ ਕਿ ਜ਼ੋਰ ਫੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿ ਬੇਟੇ ਨਕੁਲਨਾਥ ਨਾਲ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਮਲਨਾਥ, ਕਿਉਂਕਿ ਨਕੁਲਨਾਥ ਨੇ ਆਪਣੀ ਐਕਸ ਪ੍ਰੋਫਾਈਲ ਤੋਂ ਕਾਂਗਰਸ ਹਟਾ ਦਿੱਤਾ ਹੈ। ਕਾਂਗਰਸ ਸ਼ਬਦ ਦਾ ਜਿਹੜਾ ਪਹਿਲਾਂ ਜ਼ਿਕਰ ਸੀਗਾ ਉਹ ਕਾਂਗਰਸ ਸ਼ਬਦ ਨੂੰ ਹਟਾ ਦਿੱਤਾ ਗਿਆ। ਨਕੁਲਨਾਥ ਨੇ ਐਕਸ ਪ੍ਰੋਫਾਈਲ 'ਤੇ ਸਿਰਫ ਲੋਕ ਸਭਾ ਸਾਂਸਦ ਹੀ ਫਿਲਹਾਲ ਲਿਖਿਆ। ਅਬ ਯੇ ਤੋ ਕਮਲਨਾਥ ਜੀ ਸੇ ਆਪਕੋ ਹੀ ਪੁੱਛਣਾ ਪੜੇਗਾ। ਭਾਰਤੀ ਜਨਤਾ ਪਾਰਟੀ ਨੇ ਸਿਧਾਂਤਿਕ ਤੌਰ ਪਰ, ਅਗਰ ਕਿਸੀ ਕੋ ਲਗਤਾ ਹੈ ਕਿ ਭਾਰਤੀ ਜਨਤਾ ਪਾਰਟੀ ਕੇ ਨੇਤ੍ਰਤਵ ਮੇ ਉਨਕੀ ਨੀਤੀਓ ਪਰ ਵਿਸ਼ਵਾਸ ਕਰਤੇ ਹੋਏ, ਹਮਾਰੇ ਨੇਤ੍ਰਤਵ ਕੇ ਉਪਰ ਜਿਨਕਾ ਵਿਸ਼ਵਾਸ ਬਣਤਾ ਹੈ, ਤੋ ਐਸੇ ਲੋਗੋ ਕੇ ਲੀਏ ਦਰਵਾਜੇ ਖੁਲੇ ਹੈ। ਐਸੇ ਲੋਗੋ ਕੇ ਲੀਏ ਦਰਵਾਜੇ ਖੁਲੇ ਹੈ। ਅਬ ਯੇ ਤੋ ਵਨੀਤ ਸੇ ਪੁੱਛਣਾ ਪੜੇਗਾ। ਉਨ੍ਹੋਂਨੇ ਕਹਾ ਹੈ ਕਿ ਸਭ ਸੁਤੰਤਰ ਹੈ, ਕੋਈ ਕਹੀਂ ਵੀ ਜਾ ਸਕਤਾ ਹੈ। ਯੇ ਤੋ ਖੁਦ ਕਮਲਨਾਥ ਜੀ ਨੇ ਕਹਾ ਹੈ। ਆਪ ਲੋਗ ਜੋ ਹੈ ਨਾ, ਜਬ ਤੱਕ ਸਨਸਨੀ ਖੇਚ ਬ੍ਰੇਕਿੰਗ ਨਿਊਜ਼ ਨਹੀਂ ਦੋਗੇ ਤੋ ਕੌਣ ਦੇਖੇਗਾ, ਕੌਣ ਛਾਪੇਗਾ? ਇਸ ਲਈ ਬ੍ਰੇਕਿੰਗ ਨਿਊਜ਼ ਕੇ ਚੱਕਰ ਮਤ ਰਹੋ। ਮੇਰੀ ਕੱਲ੍ਹ ਰਾਤ ਕੋ ਕਮਲਨਾਥ ਜੀ ਸੇ ਬਾਤਚੀਤ 10:30-11 ਵਜੇ ਹੋਈ ਹੈ। ਉਹ ਛਿੰਦਵਾੜਾ ਮੇ ਹੈ ਔਰ ਜਿਸ ਵਿਅਕਤੀ ਨੇ ਆਪਣੇ ਰਾਜਨੀਤਿਕ ਜੀਵਨ ਕੀ ਸ਼ੁਰੂਆਤ ਨਹਿਰੂ ਗਾਂਧੀ ਪਰਿਵਾਰ ਕੇ ਸਾਥ, ਉਨਕੇ ਪਿੱਛੇ ਸਾਥ ਮੇ ਖੜੇ ਹੋਕਰ ਉਸ ਸਮੇਂ ਲੜੀ ਥੀ ਜਬ ਪੂਰੀ ਜਨਤਾ ਪਾਰਟੀ ਉਸ ਕੇਂਦਰ ਕੀ ਸਰਕਾਰ ਇੰਦਰਾ ਜੀ ਕੋ ਜੇਲ ਭੇਜ ਰਹੀ ਥੀ। ਉਸ ਆਦਮੀ ਕੋ ਆਪ ਕਭੀ ਉਮੀਦ ਵੀ ਕਰ ਸਕਤੇ ਹੋ ਕਿ ਐਸਾ ਆਦਮੀ ਕਭੀ ਕਾਂਗਰਸ ਔਰ ਸੋਨੀਆ ਗਾਂਧੀ ਜੀ ਕੇ ਪਰਿਵਾਰ ਕੋ ਛੋੜ ਕੇ ਜਾਏਗਾ, ਇੰਦਰਾ ਜੀ ਕੇ ਪਰਿਵਾਰ ਕੋ ਛੋੜ ਕੇ ਜਾਏਗਾ? ਆਪਕੋ ਉਮੀਦ ਵੀ ਨਹੀਂ ਕਰਨਾ। ਆਪਣੇ ਬੇਟੇ ਦੇ ਨਾਲ ਦਿੱਲੀ ਪਹੁੰਚ ਚੁੱਕੇ ਨੇ, ਨਾਲ ਤੁਹਾਨੂੰ ਲਾਈਵ ਤਸਵੀਰਾਂ ਵਿਖਾ ਰਹੇ ਹਾਂ। ਦਿੱਲੀ ਕਮਲਨਾਥ ਪਹੁੰਚ ਚੁੱਕੇ ਨੇ। ਥੋੜ੍ਹੀ ਦੇਰ ਦੇ ਵਿੱਚ ਦੇਸ਼ ਦੀ ਸਿਆਸਤ ਦੇ ਵਿੱਚ, ਮੱਧ ਪ੍ਰਦੇਸ਼ ਦੀ ਸਿਆਸਤ ਦੇ ਵਿੱਚ ਵੱਡਾ ਧਮਾਕਾ ਹੋ ਸਕਦਾ, ਕਿਉਂਕਿ ਵੱਡੇ ਉਲਟ ਫਿਰ ਦੀ ਜਿਹੜੀ ਕਿਸਮ ਦੀਆਂ ਲਾਈਵ ਤਸਵੀਰਾਂ ਵੀ ਤੁਹਾਨੂੰ ਵਿਖਾ ਰਹੇ ਹਾਂ। ਸਰ, ਵੱਡੀ ਜਾਣਕਾਰੀ, ਵੱਡੀ ਅਪਡੇਟ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ। ਕਮਲਨਾਥ ਆਪਣੇ ਬੇਟੇ ਦੇ ਨਾਲ ਦਿੱਲੀ ਪਹੁੰਚ ਚੁੱਕੇ ਨੇ। ਕਮਲਨਾਥ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਜਿਹੜੀਆਂ ਕਿ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਨੇ। ਬੇਟੇ ਨਕੁਲਨਾਥ ਦੇ ਨਾਲ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੇ, ਕਿਉਂਕਿ ਇਹ ਚਰਚਾ ਦੀ ਸ਼ੁਰੂਆਤ ਦਾ ਜਿਹੜਾ ਬੇਸ ਹੈ, ਜੇਕਰ ਆਧਾਰ ਦੀ ਗੱਲ ਕਰੀਏ ਤਾਂ ਨਕੁਲਨਾਥ ਨੇ ਆਪਣੀ ਐਕਸ ਪ੍ਰੋਫਾਈਲ ਤੋਂ ਕਾਂਗਰਸ ਹਟਾ ਦਿੱਤਾ ਹੈ। ਨਕੁਲਨਾਥ ਨੇ ਐਕਸ ਪ੍ਰੋਫਾਈਲ 'ਤੇ ਸਿਰਫ ਲੋਕ ਸਭਾ ਸਾਂਸਦ ਲਿਖਿਆ। ਕਮਲਨਾਥ ਦੀ ਗੱਲ ਕੀਤੀ ਜਾਵੇ ਤਾਂ ਸੀਨੀਅਰ ਲੀਡਰ, ਸੀਨੀਅਰ ਆਗੂ ਨੇ ਕਾਂਗਰਸ ਪਾਰਟੀ ਦੇ, ਮੱਧ ਪ੍ਰਦੇਸ਼ ਦੇ ਵਿੱਚ ਮੁੱਖ ਮੰਤਰੀ ਰਹਿ ਚੁੱਕੇ ਨੇ। ਹਾਲਾਂਕਿ ਉਸ ਤੋਂ ਬਾਅਦ 'ਚ ਮੱਧ ਪ੍ਰਦੇਸ਼ ਦੀ ਸਿਆਸਤ ਦੇ ਵਿੱਚ ਤਖਤਾ ਪਲਟਦਾ, ਉਸ ਤੋਂ ਬਾਅਦ 'ਚ ਬੀਜੇਪੀ ਜਿਹੜੀ ਸੱਤਾ ਦੇ ਵਿੱਚ ਕਾਬਜ਼ ਹੁੰਦੀ ਹੈ ਮੁੜ ਤੋਂ। ਹਾਲਾਂਕਿ ਕਾਂਗਰਸ ਪਾਰਟੀ ਦੇ ਵੱਲੋਂ CM ਉਮੀਦਵਾਰ ਜਿਹੜੇ ਕਿ CM ਦੇ ਦਾਅਵੇਦਾਰ ਜ਼ਰੂਰ ਸਨ, ਪਰ ਉਸ ਤੋਂ ਬਾਅਦ 'ਚ ਮੁੜ ਤੋਂ
ਬੀਜੇਪੀ ਮੱਧ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸੱਤਾ ਦੇ ਵਿੱਚ ਕਾਬਜ਼ ਹੋਣ ਦੇ ਵਿੱਚ ਕਾਮਯਾਬ ਹੁੰਦੀ ਹੈ। ਜਦੋਂ ਮੁੜ ਤੋਂ ਮੱਧ ਪ੍ਰਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੀ ਤਾਂ ਇਸ ਦੇ ਵਿਚਾਲੇ ਇੱਕ ਵੱਡਾ ਉਲਟ ਫੇਰ ਮੱਧ ਪ੍ਰਦੇਸ਼ ਦੀ ਸਿਆਸਤ ਦੇ ਲਿਹਾਜ਼ ਦੇ ਨਾਲ ਵੀ ਹੈ ਅਤੇ ਇੱਕ ਵੱਡਾ ਉਲਟ ਫੇਰ ਦੇਸ਼ ਦੀ ਸਿਆਸਤ ਦੇ ਲਿਹਾਜ਼ ਨਾਲ ਵੀ ਕਿਹਾ ਜਾ ਸਕਦਾ, ਕਿਉਂਕਿ ਜਦੋਂ ਲੋਕ ਸਭਾ ਚੋਣਾਂ ਬਿਲਕੁਲ ਸਿਰ 'ਤੇ ਨੇ, ਆਉਣ ਵਾਲੇ ਕੁਝ ਹੀ ਦਿਨਾਂ ਤੱਕ ਜਿਹੜੀਆਂ ਕਿ ਲੋਕ ਸਭਾ ਚੋਣਾਂ ਦਾ ਐਲਾਨ ਵੀ ਹੋ ਸਕਦਾ, ਚੋਣ ਕਮਿਸ਼ਨ ਦੇ ਵੱਲੋਂ ਅਨਾਊਂਸਮੈਂਟ ਵੀ ਕੀਤੀ ਜਾ ਸਕਦੀ, ਅਤੇ ਇਸ ਦੇ ਵਿਚਾਲੇ ਇੱਕ ਵੱਡਾ ਉਲਟ ਫੇਰ ਦੇਸ਼ ਦੀ ਸਿਆਸਤ ਦੇ ਵਿੱਚ ਹੁੰਦਾ ਹੋਇਆ ਨਜ਼ਰ ਆ ਰਿਹਾ। ਜੇਕਰ ਅਜਿਹਾ ਹੁੰਦਾ ਤਾਂ ਆਪਣੇ ਆਪ ਦੇ ਵਿੱਚ ਇੰਡੀਆ ਅਲਾਇੰਸ ਵਾਸਤੇ ਤਾਂ ਝਟਕਾ ਹੈ ਹੀ ਆ, ਖਾਸ ਤੌਰ 'ਤੇ ਕਾਂਗਰਸ ਪਾਰਟੀ ਵਾਸਤੇ ਵੀ ਇੱਕ ਵੱਡਾ ਝਟਕਾ ਕਿਹਾ ਜਾ ਸਕਦਾ ਹੈ। ਕਿਉਂਕਿ ਜੇਕਰ ਪੂਰੀ ਟਾਈਮਿੰਗ ਦੀ ਗੱਲ ਕਰੀਏ ਕਿ ਜਿਵੇਂ ਨਕੁਲ ਨਾਥ ਨੇ ਐਕਸ ਪ੍ਰੋਫਾਈਲ 'ਤੇ ਸਿਰਫ ਲੋਕ ਸਭਾ ਸੰਸਦ ਲਿਖਿਆ, ਹੁਣ ਕਾਂਗਰਸ ਸ਼ਬਦ ਹਟਾ ਦਿੱਤਾ, ਇਸ ਤੋਂ ਬਾਅਦ 'ਚ ਕਮਲਨਾਥ ਦਿੱਲੀ ਪਹੁੰਚਦੇ ਨੇ, ਲਗਾਤਾਰ ਅਜਿਹੀਆਂ ਚਰਚਾਵਾਂ ਚੱਲ ਰਹੀਆਂ ਨੇ। ਖੈਰ ਹੌਲੀ ਹੌਲੀ ਜਿਹੜੀ ਕਿ ਪਿਕਚਰ ਹੈ, ਤਸਵੀਰ ਹੈ, ਬਿਲਕੁਲ ਅਸਪਸ਼ਟ ਹੁੰਦੀ ਹੋਈ ਵੀ ਨਜ਼ਰ ਆਏਗੀ। ਹਾਲਾਂਕਿ ਖੁੱਲ੍ਹ ਕੇ ਵੱਖ ਵੱਖ ਆਗੂਆਂ ਦਾ ਤੁਹਾਨੂੰ ਅਸੀਂ ਪ੍ਰਤੀਕਰਮੀ ਸੁਣਾਏ ਨੇ, ਹਾਲਾਂਕਿ ਖੁੱਲ੍ਹ ਕੇ ਕੋਈ ਵੀ ਕੁਝ ਬੋਲਣ ਦੇ ਲਈ ਤਿਆਰ ਨਹੀਂ ਹੈ। ਪਰ ਜਦੋਂ ਅਜਿਹਾ ਕੋਈ ਵੱਡਾ ਉਲਟ ਫਿਰ ਹੁੰਦਾ, ਵੱਡਾ ਸਿਆਸਤ ਦੇ ਵਿੱਚ ਧਮਾਕਾ ਹੁੰਦਾ, ਅਤੇ ਆਮ ਤੌਰ 'ਤੇ ਅਕਸਰ ਅਜਿਹਾ ਹੀ ਹੁੰਦਾ ਹੈ ਕਿ ਜਦੋਂ ਸਭ ਕੁਝ ਹੋ ਜਾਂਦਾ, ਜੁਆਇਨਿੰਗ ਹੋ ਜਾਂਦੀ ਹੈ, ਤਾਂ ਉਸ ਤੋਂ ਬਾਅਦ 'ਚ ਆਗੂ ਜ਼ਿਆਦਾ ਖੁੱਲ੍ਹ ਕੇ ਮੀਡੀਆ ਦੇ ਮੁਖਾਤਬ ਹੁੰਦੇ ਨੇ, ਸਵਾਲਾਂ ਦੇ ਜਵਾਬ ਦਿੰਦੇ ਨੇ। ਜਿਸ ਵੇਲੇ ਦਿੱਲੀ ਪਹੁੰਚੇ ਕਮਲਨਾਥ, ਉਸ ਵੇਲੇ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ। ਹਾਲਾਂਕਿ ਮੀਡੀਆ ਦੇ ਵੱਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਜ਼ਿਆਦਾ ਕੁਝ ਬੋਲਣ ਤੋਂ ਜਿਹੜਾ ਕਿ ਕਮਲਨਾਥ ਦੇ ਵੱਲੋਂ ਗੁਰੇਜ਼ ਹੀ ਕੀਤਾ ਗਿਆ। ਪਰ ਵੱਡੀ ਜਾਣਕਾਰੀ, ਵੱਡੀ ਅਪਡੇਟ ਹੈ ਕਿ ਦਿੱਲੀ ਕਮਲਨਾਥ ਆਪਣੇ ਬੇਟੇ ਦੇ ਨਾਲ ਪਹੁੰਚ ਚੁੱਕੇ ਨੇ, ਅਤੇ ਇੱਕ ਵੱਡੇ ਉਲਟ ਫੇਰ ਦੀ ਸੰਭਾਵਨਾ ਜੋ ਕਿ ਜਿਤਾਈ ਜਾ ਰਹੀ ਹੈ। ਕਮਲਨਾਥ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਤੇਜ਼ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਮੱਧ ਪ੍ਰਦੇਸ਼ ਦੀ ਸਿਆਸਤ ਦੀ ਜੇਕਰ ਗੱਲ ਕਰੀਏ, ਚਾਹੇ ਜੋਤੀਰਾਦਿੱਤਿਆ ਸਿੰਧੀਆ ਜਿਹੜੇ ਕਿ ਵੱਡੇ ਆਗੂ ਸਨ ਕਾਂਗਰਸ ਪਾਰਟੀ ਦੇ, ਉਸ ਤੋਂ ਬਾਅਦ ਜਿਵੇਂ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੁੰਦੇ, ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਕਮਲਨਾਥ ਜਿਹੜੇ ਕਿ ਮੁੱਖ ਮੰਤਰੀ ਸਨ, ਉਹ ਸਾਬਕਾ ਮੁੱਖ ਮੰਤਰੀ ਹੋ ਜਾਂਦੇ ਨੇ, ਬੀਜੇਪੀ ਜਿਹੜੀ ਕਿ ਸੱਤਾ 'ਤੇ ਕਾਬਜ਼ ਹੋਈ ਸੀ।